ਹਾਏ ਹੈਲੋ, ਮੈਂ ਜਰਨੈਲ ਸਿੰਘ ਰੰਧਾਵਾ, ਰੀਅਲ ਲਾਈਫ ਜਰਨੀ ਤੋਂ। ਆਪਾਂ ਪਹਿਲਾਂ ਬਣਾਏ ਸੀਗੇ ਕੇਲਿਆਂ ਦੀ ਸਬਜ਼ੀ, ਹੁਣ ਆਪਣੇ ਜਿਹੜੇ ਕੇਲੇ ਤੋੜੇ ਸੀਗੇ, ਇਹ ਕੇਲੇ ਥੋੜ੍ਹੇ ਜਿਹੇ ਰਹਿ ਗਏ ਸੀਗੇ। ਮੈਂ ਕਿਹਾ ਚੱਲ ਹੁਣ ਇਹਦਾ ਕਿਆ ਕਰਨਾ, ਇਹਦੇ ਚਿਪਸ ਬਣਾ ਲਈਏ। ਚਿਪਸ ਬਹੁਤ ਟੇਸਟੀ ਬਣਦੇ ਆ। ਇਹ ਆਪਾਂ ਕੁਛ ਕੇਲੇ ਛਿੱਲ ਲਏ ਆ, ਕੁਛ ਰਹਿੰਦੇ ਛਿੱਲਣ ਲਈ। ਇਹ ਫਿਰ ਇਹਦਾ ਖਰਾਬ ਹੋ ਜਾਣੇ ਸੀਗੇ। ਮੈਂ ਚਲੋ ਇੱਕ ਪੰਜ ਦੋ ਕਾਜ ਨਾਲੇ ਚਿਪਸ ਖਾਣ ਦੇ ਕੰਮ ਆ ਜੂਗੀ। ਇਹ ਆਪਾਂ ਪਹਿਲਾਂ ਛਿੱਲ ਲਏ ਕੇਲੇ, ਮੈਂ ਕਿਹਾ ਟਾਈਮ ਖਰਾਬ ਨਹੀਂ ਹੋਊਗਾ ਆਪਣਾ। ਇਹ ਆਪਣੇ ਹੋ ਗਏ ਤਿਆਰ, ਹੁਣ ਇਹਦੇ ਪਕੜਾਂਗੇ ਚਿਪਸ। ਇਹ ਆਪਣੇ ਕਟਰੇ 'ਚ ਕੱਟਣੀ ਹੈ, ਤੁਹਾਡੇ ਕੋਲ ਤੁਸੀਂ ਹੱਥ ਨਾਲ ਵੀ ਕੱਟ ਸਕਦੇ ਬਰੀਕ ਬਰੀਕ। ਇਹ ਕਟਰ ਕਰਕੇ ਇਹ ਥੋੜ੍ਹਾ ਕਟਰ ਨੂੰ ਥੋੜ੍ਹਾ ਸੰਭਾਲ ਕੇ ਚਲਾਉਣਾ ਪੈਂਦਾ। ਇਹ ਆਪਣੇ ਤਿਆਰ ਹੋਈਆਂ। ਇਹ ਆਪਣੇ ਚਿਪਸ ਤਿਆਰ ਹੋ ਗਏ ਆ। ਹੁਣ ਆਪਾਂ ਛੱਡਦੇ ਆ। ਇਹ ਥੋੜ੍ਹੇ ਆਪਾਂ ਇੱਕ ਇੱਕ ਦੋ ਚਿਪਸ ਪਾਉਣੇ, ਪਕੜ ਕਰਦੇ ਆ, ਚਿਪਦੇ ਆ। ਅਤੇ ਆਪਣਾ ਬਰਾਊਨ ਹੀ ਕਰਨੇ ਜ਼ਿਆਦਾ। ਬਰਾਊਨ ਤੋਂ ਬਾਅਦ ਹੋ ਗਏ ਤਾਂ ਫਿਰ ਇਹ ਕੋੜੇਪਨ 'ਚ ਆ ਜਾਂਦੇ ਆ। ਫਲੇਮ ਥੋੜ੍ਹਾ ਸਲੋ ਹੀ ਰੱਖੋ। ਇੱਕ ਇੱਕ ਦੋ ਪੀ ਛੱਡੋਗੇ, ਚਿਪਕਦੇ ਆ। ਸਟੋਰ ਵੀ ਕਰ ਸਕਦੇ ਹੋ, ਏਅਰ ਟਾਇਰ 'ਚ ਕਿਸੇ ਰੱਖ ਦਿਓ। ਕਦੇ ਵੀ ਆਪਣੇ ਜਿੱਦਾਂ ਆਮ ਚਿਪਸ ਖਾਂਦੇ ਉਸ ਹਿਸਾਬ ਨਾਲ, ਜਿੱਦਾਂ ਆਲੂ ਦੀ ਚਿਪਸ ਆਪ ਬਣਾਉਂਦੇ ਹਾਂ, ਸੇਮ ਪ੍ਰੋਸੀਜਰ ਉਹੀ ਹੈ। ਮਗਰ ਇਹਦਾ ਨਜ਼ਾਰਾ ਖਾਣ ਦਾ ਅਲੱਗ ਹੀ ਹੈ। ਇਹ ਵੀ ਦੇਖੋ ਬਹੁਤ ਕ੍ਰਿਸਪੀ ਹੈ, ਆਵਾਜ਼ ਆਉਂਦੀ ਹੈ, ਆਵਾਜ਼ ਆਉਂਦੀ ਫਸਟ ਕਲਾਸ। ਇਹ ਵੀ ਜਿਹੜੇ ਜੁੜ ਜਾਂਦੇ ਉਹ ਵੈਸੇ ਵੀ ਠੀਕ ਹੈ। ਦੇਖੋ ਜੀ ਆਵਾਜ਼ ਇੱਦਾਂ ਹੁੰਦੇ ਜੇ ਕ੍ਰਿਸਪੀ ਹੋ ਜਾਂਦੇ ਆ, ਕੜਕ, ਤੇਲ ਪੂਰਾ ਨਿਕਲ ਗਿਆ। ਬਹੁਤ ਕ੍ਰਿਸਪੀ ਬਣੇ ਆ। ਇਹਦੇ ਮਿਲਾਂਗੇ ਥੋੜ੍ਹਾ ਵਾਈਟ ਨਮਕ, ਬਲੈਕ ਨਮਕ,
ਬਹੁਤ ਕ੍ਰਿਸਪੀ ਬਣੀ ਆ ਟੇਸਟੀ ਬਹੁਤ ਆ ਵੈਰੀ ਟੇਸਟੀ ਬਣਿਆ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ ਮੇਰੀ ਵੀਡੀਓ ਤੁਹਾਨੂੰ ਵਧੀਆ ਔਰ ਅੱਛੀ ਲੱਗੇ ਸ਼ੇਅਰ ਔਰ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਹੁਤ ਬਹੁਤ ਮਿਹਰਬਾਨੀ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਬਣਾ ਕੇ ਦਿਖਾਉਂਦੇ ਰਹਾਂਗੇ ਓਕੇ ਸਤਿ ਸ਼੍ਰੀ ਅਕਾਲ